ਕਿ ਕੁੜੀ ਡਾਂਸਰ ਹੈਗੀ ਆ, ਸ਼ਾਇਦ ਲੂਜ਼ ਹੈਗੀ, ਅਸੀਂ ਇਹਨੂੰ ਕੁਛ ਵੀ ਕਹਿ ਸਕਦੇ ਹਾਂ। ਕਸੂਰ ਤੇ ਇਹ ਦੇਖੋ ਕਿ ਸ਼ੁਰੂਆਤ ਕਿੱਥੋਂ ਹੋਈ ਹੈ, ਕੁੜੀ ਨੇ ਤਾਂ ਨਹੀਂ ਸ਼ੁਰੂਆਤ ਕੀਤੀ, ਉਹ ਤਾਂ ਵੀਡੀਓ ਹਰ ਕੋਈ ਜਦੋਂ ਇਹੋ ਜਿਹਾ ਇੰਸੀਡੈਂਟ ਹੁੰਦਾ ਨਾ ਆਪਣੇ ਬਚਾਅ ਚ ਆ ਜਾਂਦੇ ਨੇ ਲੋਕੀ। ਆਰਗੇਨਾਈਜ਼ਰ ਕਹਿੰਦਾ ਵੀ ਕੱਲ ਨੂੰ ਇਹ ਨਾ ਹੋ ਕਿ ਸਾਡਾ ਜਿਹੜਾ ਬ੍ਰਾਂਡ ਹੈਗਾ ਉਹਦਾ ਨਾਂ ਖਰਾਬ ਹੋ ਜਾਵੇ, ਸਾਨੂੰ ਅੱਗੇ ਤੋਂ ਕੋਈ ਕੰਮ ਨਾ ਮਿਲੇ। ਜੇ ਕੋਈ ਵੀ ਚਾਹੇ ਸਮਾਜ ਦੇ ਅੰਦਰ ਇੱਕ ਔਰਤ ਦੀ ਇੱਜ਼ਤ ਨੂੰ ਹੱਥ ਪਾਉਂਦਾ ਹੈ ਜਾਂ ਉਸਨੂੰ ਇੱਕ ਅਪਸ਼ਬਦ ਬੋਲੇ ਜਾਣਗੇ, ਉਹਨੂੰ ਬਖਸ਼ਿਆ ਨਹੀਂ ਜਾਏਗਾ। ਮਹਿਲਾ ਰਾਜ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਸਾਡੇ ਨਾਲ ਨੇ, ਰਾਜਗਿੱਲ ਮੈਡਮ। ਕਿਉਂਕਿ ਸਿਚੁਏਸ਼ਨ, ਕਿਉਂਕਿ ਇਹ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ, ਹਾਲਾਂਕਿ ਇਸ ਪਾਰਟੀਕੁਲਰ ਮਾਮਲੇ 'ਚ ਤੁਸੀਂ ਸੁਮੋਟੋ ਜਿਹੜਾ ਹੈਗਾ ਉਹ SSP ਖੰਨਾ ਦਿੱਤਾ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਛ ਆਇਆ ਹੋ? ਦੇਖੋ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਪਹਿਲਾਂ ਤਾਂ ਲੜਕੀ ਦਾ ਵੀ ਪੱਖ ਸੁਣਿਆ ਗਿਆ ਅਤੇ ਜਿਹੜੇ ਔਰਗਨਾਈਜ਼ਰ ਨੇ ਉਹਨਾਂ ਦਾ ਵੀ ਪੱਖ ਸੁਣਿਆ ਗਿਆ ਆ, ਔਰ ਜਿਹੜੇ ਐਵੀਡੈਂਸ ਹੈਗੇ ਉਹ ਤਾਂ ਸਭ ਦੇ ਸਾਹਮਣੇ ਆ ਸਟੇਜ ਦੇ ਉੱਤੇ, ਜੋ ਵੀ ਕੁਛ ਹੋਇਆ। ਅਸੀਂ ਸੁਮੋਟੋ ਲੈ ਕੇ SSP ਖੰਨਾ ਨੂੰ ਭੇਜਿਆ ਹੋਇਆ, ਉਹਨਾਂ ਦਾ ਜਵਾਬ ਵੀ ਆਇਆ ਆ ਅਤੇ ਕਿ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ, ਇੱਕ ਅਰੈਸਟ ਪਾ ਲਿੱਤੀ ਗਈ ਹੈ, ਹੋਰ 3-4 ਬੰਦੇ ਨੇ ਜਿਹੜਾ ਨੂੰ ਕਿ ਅਸੀਂ ਲੱਭ ਰਹੇ ਹਾਂ, ਅਤੇ ਉਹਨਾਂ ਉਹ ਮਤਲਬ ਹੋ ਜਾਂਦੇ ਨੇ ਇੱਧਰ ਉੱਧਰ ਹੋ ਜਾਂਦੇ ਨੇ ਬੰਦੇ, ਉਹਨਾਂ ਦਾ ਵੀ ਅਰੈਸਟ ਬੜੀ ਛੇਤੀ ਪਾ ਲਿੱਤਾ ਜਾਏਗਾ। ਕਿਉਂਕਿ ਮੈਮ ਹੁਣ ਉਹਦੀ ਵੀਡੀਓ ਆਉਣ ਤੋਂ ਬਾਅਦ, ਉਹਦੇ ਬਿਆਨ ਆਉਣ ਤੋਂ ਬਾਅਦ ਹੋਰ ਵੀ ਕਈ ਵਿਵਾਦਿਤ ਬਿਆਨ ਸਾਹਮਣੇ ਆ ਰਹੇ, ਕਈ ਸਾਹਮਣੇ ਆ ਰਹੇ ਉਹਦੇ ਅਗੇਂਸਟ ਵੀ ਜਿਹੜੇ ਹੈਗੇ ਲੋਕ ਆਏ ਹੈ, ਉਹਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ? ਕਿਉਂਕਿ ਇਸ ਤਰ੍ਹਾਂ ਦੀ ਚੀਜ਼ਾਂ ਹਾਲਾਂਕਿ ਪੰਜਾਬ 'ਚ ਪਹਿਲਾਂ ਵੀ ਕਈ ਇਸ ਤਰ੍ਹਾਂ ਦੀ ਹੋਈ ਹੈ, ਲੇਕਿਨ ਤੁਹਾਡੇ ਵੱਲੋਂ ਹੁਣ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਅੱਗੇ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ, ਇਸ ਤਰ੍ਹਾਂ ਦੇ ਜਿਹੜੇ ਹੈਗੇ ਕੁੜੀਆਂ ਦੇ ਜਿਹੜੇ ਰਾਈਟਸ ਹੁੰਦੇ ਆ ਉਹਦੇ ਬਾਰੇ ਹੋਰ ਵੀ ਜਾਗਰੂਕ ਜਿਹੜਾ ਹੈਗਾ ਕੀਤਾ ਜਾਏ? ਦੇਖੋ, ਇੱਦਾਂ ਹੈ ਕਿ ਹਰ ਕੋਈ ਅੱਧਾ ਬੰਦਾ ਸਮਾਜ ਵੱਟਿਆ ਗਿਆ, ਉਹ ਕਹਿੰਦਾ ਜੀ ਕੁੜੀ ਦੀ ਗਲਤੀ ਆ, ਕੋਈ ਕਹਿੰਦਾ ਜੀ ਜਿਹੜੀ ਔਰਗਨਾਈਜ਼ਰ ਦੀ ਗਲਤੀ ਆ। ਹੁਣ ਲੜਕੀ ਆਪਣਾ ਪੱਖ ਰੱਖ ਰਿਹਾ ਕਿ ਮੈਨੂੰ ਕਿਸੇ ਨੇ ਗਾਲ ਕੱਢੀ ਹੈ, ਮੇਰੇ ਉੱਤੇ ਸ਼ਰਾਬ ਸੁੱਟੀ ਹੈ ਅਤੇ ਮੈਂ ਕੋਈ ਚੁੱਪ ਤਾਂ ਰਹੂੰਗੀ ਨਹੀਂ, ਮੈਨੂੰ ਜਦੋਂ ਕਹਿੰਦੇ ਵੀ ਸਟੇਜ ਤੋਂ ਥੱਲੇ ਆ ਕੇ ਨਾਚ, ਇਹ ਮੇਰਾ ਕੋਈ ਉਹਦੇ ਕੰਟਰੈਕਟ ਦੇ ਅੰਦਰ ਆਉਂਦਾ ਨਹੀਂ ਹੈਗਾ, ਮੈਂ ਤਾਂ ਆਪਣਾ ਕੰਮ ਕਰ ਰਹੀ ਹੈਗੀ ਹਾਂ, ਜਿਹੜੀ ਕੋਈ ਲੜਕੀ ਬਿਲਕੁਲ ਠੀਕ ਹੈ। ਹੁਣ ਔਰਗਨਾਈਜ਼ਰਸ ਜਿਹੜੇ ਨੇ ਉਹ ਕਹਿੰਦੇ ਕਿ ਇਹਨੇ ਜਾਸਤੀ ਕੀਤੀ ਹੈ। ਦੇਖੋ, ਹਰ ਕੋਈ ਜਦੋਂ ਇਹੋ ਜਿਹਾ ਇੰਸੀਡੈਂਟ ਹੁੰਦਾ ਨਾ ਆਪਣੇ ਬਚਾਅ 'ਚ ਆ ਜਾਂਦੇ ਨੇ ਲੋਕੀ। ਔਰਗਨਾਈਜ਼ਰ ਕਹਿੰਦਾ ਵੀ ਕੱਲ੍ਹ ਨੂੰ ਇਹ ਨਾ ਹੋ ਕਿ ਸਾਡਾ ਜਿਹੜਾ ਬ੍ਰਾਂਡ ਹੈਗਾ ਉਹਦਾ ਨਾਂ ਖਰਾਬ ਹੋ ਜਾਵੇ, ਸਾਨੂੰ ਅੱਗੇ ਤੋਂ ਕੋਈ ਕੰਮ ਨਾ ਮਿਲੇ। ਜਿਹੜੇ ਲੜਕੇ ਜਿਹਨਾਂ ਦੀ ਮੈਰਿਜ ਸੀਗੀ, ਹੁਣ ਉਹ ਵੀ ਠੀਕ ਨੇ ਬਿਲਕੁਲ, ਉਹ ਕਹਿੰਦੇ ਜੀ ਅਸੀਂ ਤਾਂ ਪੂਰੀ ਪੇਮੈਂਟ ਕਰ ਦਿੱਤੀ ਇਹਨਾਂ ਨੂੰ ਅਤੇ ਅਸੀਂ ਤਾਂ ਇਹ ਮਤਲਬ ਸ਼ੋਅ ਖਤਮ ਹੋ ਗਿਆ ਸੀਗਾ, ਉਹ ਆਪਣਾ ਠੀਕ ਹੈਗੇ ਨੇ। ਦੇਖੋ, ਵਿਆਹਾਂ ਦੇ ਮਾਹੌਲ ਦੇ ਅੰਦਰ ਜਦੋਂ ਤੁਸੀਂ ਇੱਕ ਐਂਟਰਟੇਨਿੰਗ ਕਿਸੇ ਕੰਪਨੀ ਨੂੰ ਹਾਇਰ ਕਰਦੇ ਹੋ, ਉਹ ਆਰਟਿਸਟ ਨੇ, ਉਹਨਾਂ ਨੂੰ ਇੱਕ ਆਰਟਿਸਟ ਦੀ ਨਜ਼ਰ ਨਾਲ ਦੇਖੋ, ਨਾ ਕਿ ਇਹ ਦੇਖੋ ਕਿ ਇਹ ਕੁੜੀ ਡਾਂਸਰ ਹੈਗੀ ਆ, ਸ਼ਾਇਦ ਲੂਜ਼ ਹੈਗੀ, ਅਸੀਂ ਇਹਨੂੰ ਕੁਛ ਵੀ ਕਹਿ ਸਕਦੇ ਹਾਂ। ਕਸੂਰ ਤੇ ਇਹ ਦੇਖੋ ਕਿ ਸ਼ੁਰੂਆਤ ਕਿੱਥੋਂ ਹੋਈ ਹੈ, ਕੁੜੀ ਨੇ ਤਾਂ ਨਹੀਂ ਸ਼ੁਰੂਆਤ ਕੀਤੀ, ਉਹ ਤਾਂ ਵੀਡੀਓ ਆਬਵੀਅਸਲੀ ਸਾਹਮਣੇ ਹੈਗੀ ਹੈ, ਸਭ ਦੇ ਸਾਹਮਣੇ ਆ, ਕੁੜੀ ਆਪਣਾ ਕੰਮ ਕਰ ਰਹੀ ਹੈ, ਸ਼ੁਰੂਆਤ ਹੋਈ ਹੈ ਮੁੰਡਿਆਂ ਤੋਂ। ਔਰ ਸ਼ਰਾਰਤੀ ਜਿਹੜੇ 2-4 ਬੰਦੇ ਹੋਣਗੇ, ਇਹ ਨਹੀਂ ਕਿ ਹਰ ਕੋਈ ਸੀਗਾ, ਉਦੋਂ ਤਾਂ ਸਾਰੇ ਪਰਿਵਾਰਕ ਮਾਹੌਲ ਸੀ, ਸਾਰੇ ਆਪਣਾ ਇੰਜੋਏ ਕਰ ਰਹੇ ਸੀਗੇ। ਔਰ ਜਿਹੜੇ ਔਰਗਨਾਈਜ਼ਰਸ ਨੇ ਉਹ ਕਿਸੇ ਵੀ ਹੱਦ ਤੱਕ ਉਹ ਵੀ ਠੀਕ ਹੈਗੇ ਨੇ ਕਿ ਅਸੀਂ ਤੇ ਜੀ ਬਚਾਓ ਕਰਨ ਦੇ ਲਈ ਉਹ ਕੁੜੀ ਨੂੰ ਪਾਸੇ ਲੈ ਕੇ ਜਾ ਰਹੇ ਸੀ। ਹਾਂ, ਜਦੋਂ ਕਿਸੇ ਦੀ ਕਹਿੰਦੇ ਨਾ ਮਾਨ ਸਨਮਾਨ ਨੂੰ ਠੇਸ ਪਹੁੰਚਦੀ ਹੈ ਤਾਂ ਕੁੜੀ ਵੀ ਤੈਸ ਚਾਹ ਕੇ ਉਹਨੇ ਵੀ ਗਾਲਾਂ ਕੱਢੀਆਂ ਨੇ ਇਸ ਚੀਜ਼ ਦੇ ਅੰਦਰ। ਹਾਂਜੀ, ਤੇ ਮੈਮ ਇਸ ਤਰ੍ਹਾਂ ਨੂੰ ਲੈ ਕੇ, ਇਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਤੁਸੀਂ ਹੁਣ ਕਿਸ ਤਰ੍ਹਾਂ ਦਾ ਅਵੇਅਰਨੈਸ ਕੈਂਪੇਨ, ਕਿਉਂਕਿ ਗੋਇੰਗ ਜਿਹੜੀ ਸਟੂਡੈਂਟਸ ਹੁੰਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਜਿਹੜਾ ਹੈਗਾ? ਦੇਖੋ, ਅਸੀਂ ਇਹ ਹੈਗਾ ਕਿ ਹੁਣ ਜਿਹੜੀ ਇਹ ਮੁਹਿੰਮ ਤਾਂ ਸ਼ੁਰੂ ਹੋ ਹੀ ਚੁੱਕੀ ਹੈ ਕਿ ਜੇ ਕੋਈ ਵੀ ਚਾਹੇ ਸਮਾਜ ਦੇ ਅੰਦਰ ਇੱਕ ਔਰਤ ਦੀ ਇੱਜ਼ਤ ਨੂੰ ਹੱਥ ਪਾਉਂਦਾ ਹੈ ਜਾਂ ਉਸਨੂੰ ਇੱਕ ਅਪਸ਼ਬਦ ਬੋਲੇ ਜਾਣਗੇ, ਉਹਨੂੰ ਬਖਸ਼ਿਆ ਨਹੀਂ ਜਾਏਗਾ। ਠੀਕ ਹੈ, ਪਰ ਉੱਥੇ ਨਾਲ ਨਾਲ ਕੁੜੀਆਂ ਨੂੰ ਵੀ ਥੋੜ੍ਹੀ ਜਿਹੀ ਨਸੀਹਤ ਹੈਗੀ ਆ ਕਿ ਉਹ ਵੀ ਥੋੜ੍ਹਾ ਜਿਹਾ ਆਪਣੇ 'ਤੇ ਸੰਯਮ ਰੱਖਣ ਅਤੇ ਉਹਨਾਂ ਦੇ ਜਿਹੜੇ ਔਰਗਨਾਈਜ਼ਰਸ ਆ ਉਹਨਾਂ ਨੂੰ ਸ਼ਿਕਾਇਤ ਕਰਨ, ਮਤਲਬ ਉਹ ਉਹਨਾਂ ਦੀ ਰੱਖਿਆ ਦੇ ਲਈ ਬਣੇ ਹੋਏ ਨੇ, ਉਹ ਲੈ ਕੇ ਉਹਨਾਂ ਨੂੰ ਆਏ ਹੋਏ ਨੇ। ਲੇਕਿਨ ਮੈਂ ਇਹ ਕੁੜੀਆਂ ਨੂੰ ਇੱਕ ਸੁਨੇਹਾ ਇਹ ਜ਼ਰੂਰ ਦੇਣਾ ਚਾਹੂੰਗੀ ਕਿ ਆਪਣੇ ਹੱਕਾਂ ਲਈ ਖੜ੍ਹੇ ਰਹੋ ਜਦੋਂ ਤੱਕ ਤੁਸੀਂ ਠੀਕ ਹੋ, ਔਰ ਸਮਾਜ ਜਿਹੜਾ ਹੈਗਾ ਇਹ ਵੀ ਆਪਣੀ ਮਾਨਸਿਕਤਾ ਦੇ ਨਾਲ ਥੋੜ੍ਹਾ ਜਿਹਾ ਸਮਝ ਕੇ ਦੇਖੇ ਕਿ ਕੁੜੀਆਂ ਨੂੰ ਜੇ ਉਹ ਡਾਂਸਰ ਹੈ, ਆਰਟਿਸਟ ਹੈ, ਇਹਦਾ ਮਤਲਬ ਇਹ ਨਹੀਂ ਕਿ ਉਹ ਲੂਜ਼ ਕੁੜੀਆਂ ਨੇ। ਠੀਕ ਹੈ, ਕੱਲ੍ਹ ਨੂੰ ਕੁੜੀਆਂ ਰਾਤ ਬਰਾਤੇ ਆਪਣੇ ਕੰਮ 'ਤੇ ਵੀ ਜਾਂਦੀਆਂ ਨੇ,
ਕੱਲ ਨੂੰ ਕਿਤੇ ਆਫਿਸ ਕੋਈ ਕਹਿ ਦੇਵੇ ਜੀ ਨਹੀਂ ਇਹ ਤਾਂ ਕੋਈ ਕੁੜੀ ਲੇਟ ਬੈਠੀ ਹੋਈ ਸੀਗੀ, ਅਸੀਂ ਸੋਚਿਆ ਕਿ ਸ਼ਾਇਦ ਇਹਦਾ ਕੈਰੈਕਟਰ ਹੀ ਠੀਕ ਨਹੀਂ ਹੋਣਾ, ਉਹਨੂੰ ਕੁਛ ਕਹਿ ਦੋਗੇ ਤੁਸੀਂ? ਇਹ ਨਹੀਂ ਹੋ ਸਕਦਾ। ਵਿਮੈਨ ਕਮਿਸ਼ਨ ਜਿਹੜਾ ਬਣਿਆ ਉਹ ਇਸੇ ਕਰਕੇ ਬਣਿਆ, ਅਸੀਂ ਔਰਤਾਂ ਦੇ ਹੱਕਾਂ ਦੇ ਲਈ ਖੜੇ ਹਾਂ, ਮਗਰ ਅਸੀਂ ਪੱਖ ਸਾਰੇ ਦੇਖਦੇ ਹਾਂ, ਚਾਹੇ ਮੁੰਡੇ ਦਾ ਹੋਵੇ ਚਾਹੇ ਕੁੜੀ ਦਾ ਹੋਵੇ, ਲੇਕਿਨ ਜਿੱਥੇ ਕੁੜੀ ਦੀ ਇੱਜ਼ਤ ਦੇ ਉੱਤੇ ਆ ਗਿਆ ਜਾਂ ਜਾਸਤੀ ਹੋਈ ਉੱਥੇ ਵਿਮੈਨ ਕਮਿਸ਼ਨ ਹਮੇਸ਼ਾ ਉਹਨਾਂ ਦੇ ਨਾਲ ਖੜਾ ਰਹੇਗਾ। ਬਿਲਕੁਲ, ਮੈਂ ਪਿਛਲੇ ਦਿਨਾਂ ਇੱਕ ਨਾਮੀ ਸਿੰਗਰ ਦਾ ਵੀ ਤੁਹਾਡੇ ਕੋਲ ਜਿਹੜੀ ਹੈਗੀ ਉਹਦੇ ਵਿੱਚ ਹੁਣ ਕੋਈ ਅਪਡੇਟ? ਉਹਦੇ 'ਚ ਅਪਡੇਟ ਇਹੀ ਹੈਗੀ ਕਿ ਉਹਨਾਂ ਦੀ ਜਿਹੜੀ ਤਫਤੀਸ਼ ਚੱਲ ਰਹੀ ਹੈ ਪੁਲਿਸ ਵਾਲੇ ਕਰ ਰਹੇ ਹੈਗੇ ਨੇ ਉਹਨਾਂ ਦੀ, ਠੀਕ ਹੈ। ਔਰ ਦੇਖੋ ਹਰ ਕੋਈ ਕਹਿ ਦਿੰਦਾ ਕਿ ਸੱਭਿਆਚਾਰ ਹੈ ਜੀ ਸਾਡਾ, ਇਹ ਤਾਂ ਸੱਭਿਆਚਾਰ ਸਿੱਠਣੀਆਂ ਚੱਪਣੀਆਂ ਸਭ ਚੱਲਦੀਆਂ ਨੇ ਔਰ ਹੈ ਵੀ, ਇਹ 'ਚ ਕੋਈ ਗਲਤ ਗੱਲ ਨਹੀਂ ਹੈਗੀ ਹੈ, ਮਗਰ ਇਹ ਜਿਹੜਾ ਸੱਭਿਆਚਾਰ ਹੈ ਇੱਕ ਵਿਆਹ ਦਾ ਹੁੰਦਾ ਮਾਹੌਲ ਹੁੰਦਾ, ਚਾਚੀਆਂ ਤਾਈਆਂ ਮਾਮੀਆਂ ਨਾਨੇ ਦਾਦਕੇ ਇਕੱਠੇ ਹੁੰਦੇ ਨੇ ਨੱਚ, ਉਹ ਮਾਹੌਲ ਅਲੱਗ ਹੁੰਦਾ, ਉਹ ਮਾਹੌਲ ਹੀ ਅੱਡ ਹੁੰਦਾ, ਉਹ ਮਾਹੌਲ ਹੀ ਅੱਡ ਹੁੰਦਾ, ਬੰਦੇ ਹੱਸਦੇ ਖੇਡਦੇ ਨੇ, ਭਰਾ ਨੇ ਭੈਣਾਂ ਨੇ ਸਾਰੇ ਕੋਈ ਨਹੀਂ, ਮਗਰ ਤੁਸੀਂ ਉਹਨਾਂ 'ਚੋਂ ਕੁਛ ਸ਼ਬਦ ਕੱਢ ਕੇ ਤੇ ਇੱਕ ਉਹਨੂੰ ਇੱਕ ਬਣਾ ਕੇ ਸੱਭਿਆਚਾਰ ਦੇ ਪਿੱਛੇ ਛਿਪ ਕੇ ਉਸ ਚੀਜ਼ ਨੂੰ ਇਸਤੇਮਾਲ ਕੀਤਾ ਜਾਵੇ, ਦੈਟਸ ਨੋਟ ਕਰੈਕਟ। ਤੁਸੀਂ ਹੁਣ ਇਹਦੇ 'ਚ ਕੁਛ ਕਾਰਵਾਈ ਕੋਈ ਆਇਆ, ਕੋਈ ਰਿਪਲਾਈ ਕੋਈ ਆਇਆ? ਬਿਲਕੁਲ ਬਿਲਕੁਲ, ਸਾਡੇ ਕੋਲ ਸਾਨੂੰ ਇਹਨਾਂ ਦਾ ਜਵਾਬ ਵੀ ਆਇਆ ਹੈ ਕਿ ਤਫਤੀਸ਼ ਚੱਲ ਰਹੀ ਹੈ ਉਹਨਾਂ ਦੀ, ਔਰ ਜੇ ਇਹਨਾਂ ਦੀ ਕੰਪਨੀ ਵਾਲਿਆਂ ਨੇ ਜਾਂ ਰਾਈਟਰ ਹੈ ਚਾਹੇ ਜੈਜ਼ੀਬੀ ਨੇ, ਸਮਝੇ ਹੋਏ ਇਨਸਾਨ ਨੇ, ਸੁਲਝੇ ਹੋਏ ਇਨਸਾਨ ਨੇ, ਠੀਕ ਹੈ, ਔਰ ਉਹਨਾਂ ਨੂੰ ਕਿਸੇ ਇਹੋ ਜਿਹੀ ਮਸ਼ਹੂਰੀ ਦੀ ਲੋੜ ਨਹੀਂ ਹੈ, ਸਰ ਨੋਨ ਪਰਸਨ, ਠੀਕ ਹੈ, ਮਗਰ ਹੁੰਦਾ ਕਦੇ ਕਦੇ ਕਿ ਕਿਸੇ ਲੈਅ ਦੇ ਵਿੱਚ ਆ ਕੇ ਬੰਦਾ ਇਹ ਚਲੋ ਗਾਇਆ ਗਿਆ ਹੈ ਗਾਣਾ, ਮਗਰ ਦੇਖੋ ਕਿੰਨੇ ਪੂਰਾ ਸਮਾਜ, ਅੱਧਾ ਸਮਾਜ ਇਹਨਾਂ ਦੇ ਖਿਲਾਫ ਆਇਆ, ਪੁਤਲੇ ਜਲਾਏ ਗਏ ਨੇ, ਕੁੜੀਆਂ ਨੇ ਪ੍ਰਦਰਸ਼ਨ ਕੀਤੇ ਨੇ ਇਹਨਾਂ ਦੇ ਖਿਲਾਫ, ਸ਼ਿਕਾਇਤਾਂ ਲੈ ਕੇ ਪਹੁੰਚੇ ਨੇ, ਜਥੇਬੰਦੀਆਂ ਨੇ ਇਹਨਾਂ ਦੇ ਪੁਤਲੇ ਜਲਾਏ ਨੇ, NGOs ਆਏ ਨੇ, ਤੇ ਜੈਜ਼ੀ ਵੀ ਮੈਨੂੰ ਤਾਂ ਲੱਗਦਾ ਹੈ ਕਿ ਬਹੁਤ ਸਮਝਦਾਰ ਬੰਦੇ ਨੇ, ਉਹ ਜ਼ਰੂਰ ਕਹਿਣਗੇ ਕਿ ਠੀਕ ਹੈ ਇਹ ਜਿਹੜਾ ਵਰਡ ਹੈ ਗਲਤ ਯੂਜ਼ ਕੀਤਾ ਗਿਆ ਹੈ ਤੇ ਇਹ ਹੋ ਜਾਏਗਾ, ਠੀਕ ਹੈ।